ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਭਾਰਤ ਭੂਸ਼ਣ। ਜਿਸ ਤਰ੍ਹਾਂ ਕਿ ਪੂਰੇ ਸੂਬੇ ਭਰ ਦੇ ਵਿੱਚ ਪੰਜਾਬ ਬਚਾਓ ਜਿਹੜੀ ਯਾਤਰਾ ਸ਼ੁਰੂ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ, ਸਰਦਾਰ ਸੁਖਬੀਰ ਸਿੰਘ ਬਾਦਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਸੋ ਉਹਨਾਂ ਵੱਲੋਂ ਇੱਕ ਵੱਡੀ ਜਿਹੜੀ ਹੈਗੀ ਆ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਗਈ ਹੈ। ਉਹਦੇ ਮੱਦੇਨਜ਼ਰ ਅੱਜ ਇਹ ਯਾਤਰਾ ਦੇਵੀਗੜ੍ਹ ਤੋਂ ਸ਼ੁਰੂ ਹੋਗੀ, ਦੇਵੀਗੜ੍ਹ ਤੋਂ ਚੱਲੂਗੀ। ਸੋ ਤਸਵੀਰਾਂ ਦੇਖ ਸਕਦੇ ਹਾਂ ਕਿ ਉਹ ਕਿਸ ਤਰ੍ਹਾਂ ਦੇ ਨਾਲ ਜਿਹੜੇ ਹੈਗੇ ਆ ਸਮਰਥਕਾਂ ਦੇ ਵਿੱਚ ਜਿਹੜੇ ਨੇ ਉਹ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ। ਸੋ ਬੈਂਡਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਗੱਡੀਆਂ ਜਿਹੜੀਆਂ ਨੇ ਉਹ ਇੱਥੇ ਸਜੀਆਂ ਹੋਈਆਂ ਨੇ। ਮੈਨੂੰ ਮਾਣ ਹੈ ਅਕਾਲੀ ਹੁਣ 'ਤੇ ਇਹ ਜਿਹੜੀਆਂ ਸ਼ਬਦਾਵਲੀਆਂ ਜਿਹੜੀਆਂ ਜੋ ਵੀ ਬਾਦਲ ਸਾਹਿਬ ਨੇ ਮੁਫਤ ਤੀਰਥ ਯਾਤਰਾ, ਆਟਾ ਦਾਲ ਸਕੀਮ, ਸੰਗਤ ਦਰਸ਼ਨ ਔਰ 3.81 ਲੱਖ ਟਿਊਬਵੈੱਲ ਕਨੈਕਸ਼ਨ, ਮੋਟਰਾਂ ਲਈ ਮੁਫਤ ਬਿਜਲੀ, ਟਰੈਕਟਰਾਂ ਦਾ ਟੈਕਸ ਮਾਫ਼ ਕੀਤਾ। ਸੋ ਤਮਾਮ ਇਹੋ ਜਿਹੀਆਂ ਸੁਵਿਧਾ ਕੇਂਦਰ ਜਿਹੜੇ ਖੋਲ੍ਹੇ ਗਏ ਸੀਗੇ, ਸੋ ਉਹ ਜਿਹੜੀਆਂ ਹੈਗੀਆਂ ਲੋਕਾਂ ਦੇ ਪ੍ਰਤੀ ਇੱਕ ਜਿਹੜੀ ਹੈਗੀ ਆ ਬਾਦਲ ਸਾਹਿਬ ਦੀ ਸੋਚ ਸੀਗੀ ਉਹਦੇ ਮੱਦੇਨਜ਼ਰ ਹੀ ਜਿਹੜਾ ਹੈਗਾ ਇੱਕ ਇਹ ਜਿਹੜੀ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈਗੀ ਆ। ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੱਡੇ ਲੈਵਲ ਦੀ, ਵੱਡੇ ਪੱਧਰ ਦੀ ਯਾਤਰਾ ਇੱਥੋਂ ਸ਼ੁਰੂ ਹੋਣੀ ਹੈਗੀ ਆ। ਸੋ ਹਰਿੰਦਰਪਾਲ ਸਿੰਘ ਚੰਦੂਮਾਜਰਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਇੱਥੋਂ ਦੇ ਸਾਬਕਾ MLA ਰਹੇ ਨੇ, ਤੋਂ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ। ਸੋ ਕਿਉਂਕਿ ਜਿਹੜੀ ਹੈਗੇ ਆ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਕਾਫ਼ੀ ਉਤਸ਼ਾਹ ਇੱਥੇ ਵੇਖਣ ਨੂੰ ਮਿਲ ਰਹੇਗਾ। ਸੋ ਸਾਡੇ ਨਾਲ ਮੌਜੂਦ ਨੇ ਹਰਿੰਦਰਪਾਲ ਸਿੰਘ ਚੰਦੂਮਾਜਰਾ। ਇੱਥੇ ਲੋਕਾਂ ਦਾ ਬਹੁਤ ਪਿਆਰ ਮਿਲਦਾ ਰਹਿੰਦਾ ਇਹਨਾਂ ਨੂੰ, ਲੋਕਾਂ ਦੇ ਹੱਕਾਂ ਦੇ ਲਈ ਹਮੇਸ਼ਾ ਇਹ ਸੱਚ ਹੱਕ ਦੇ ਵਿੱਚ ਲਈ ਜਿਹੜੇ ਡਟੇ ਰਹਿੰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਸਰ ਅੱਜ ਜਿਹੜੀ ਹੈਗੀ ਯਾਤਰਾ ਇੱਥੋਂ ਸ਼ੁਰੂ ਹੋਣੀ ਹੈਗੀ ਆ ਪੰਜਾਬ ਬਚਾਓ ਯਾਤਰਾ, ਪੂਰੇ ਸੂਬੇ ਭਰ ਚੋਂ ਜਿਹੜੀ ਹੈ ਪਟਿਆਲੇ ਦੇ ਵਿੱਚ ਦੇਵੀਗੜ੍ਹ ਤੋਂ ਇੱਥੇ ਸ਼ੁਰੂ ਹੋਣੀ ਹੈ, ਕਿੰਨਾ ਕੁ ਉਤਸ਼ਾਹ ਹੈਗਾ? ਸੰਗਤਾਂ ਜਿਹੜੀਆਂ ਹੈਗੀਆਂ ਬਹੁਤ ਪਹੁੰਚ ਰਹੇ, ਸ਼੍ਰੋਮਣੀ ਅਕਾਲੀ ਦਲ ਦੇ ਯੂਥ ਦੇ ਵਿੱਚ ਵੀ ਕਾਫੀ ਯੂਥ ਵੀ ਪਹੁੰਚਿਆ। ਦੇਖੋ ਪੰਜਾਬੀ ਵੈਸੇ ਹੀ ਮੈਂ ਸਮਝਦਾ ਹਕੂਮਤਾਂ ਦੇ ਮੂਹਰੇ ਲੜਨ ਦਾ, ਹਕੂਮਤਾਂ ਦੇ ਸਾਹਮਣੇ ਆਪਣੀ ਗੱਲ ਕਰਨ ਦਾ ਸੁਭਾਅ ਰਿਹਾ, ਪਰ ਜਦੋਂ ਕਿਤੇ ਪੇਚਾ ਪੈ ਜਾਵੇ ਨਾ ਉਦੋਂ ਪੰਜਾਬੀ ਵੱਖਰੇ ਰੰਗ ਵਿੱਚ ਨਜ਼ਰ ਆਉਂਦੇ ਨੇ। ਇਹ ਉਹੀ ਰੰਗ ਆ ਤੁਸੀਂ ਦੇਖ ਰਹੇ ਹੋ ਜਿਹੜੀ ਲਲਕਾਰ ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਦੀ ਸਰਕਾਰ ਨੂੰ ਮਾਰੀ ਆ ਆਪਣੇ ਖਾਲਸਾ ਪੰਥ ਦੇ ਮੁੱਦਿਆਂ ਦੇ ਉੱਤੇ, ਕਿਸਾਨੀ ਦੇ ਮੁੱਦਿਆਂ ਦੇ ਉੱਤੇ, ਪੰਜਾਬ ਦੇ ਮੁੱਦਿਆਂ ਦੇ ਉੱਤੇ। ਮੈਂ ਸਮਝਦਾ ਉਹ ਲਲਕਾਰ ਦਾ ਹੀ ਅਸਰ ਆ ਕਿ ਪੰਜਾਬੀ ਆਪਣੀ ਖੇਤਰੀ ਪਾਰਟੀ ਦੇ ਝੰਡੇ ਦੇ ਥੱਲੇ ਪੰਜਾਬ ਅਤੇ ਪੰਜਾਬੀਆਂ ਦਾ ਨਾਰਾ ਬੁਲੰਦ ਕਰ ਰਹੇ ਨੇ। ਇਹ ਕਾਰਪੋਰੇਟਾਂ ਦੇ ਪ੍ਰਭਾਵ ਥੱਲੇ ਚੱਲਦੀਆਂ ਕੇਂਦਰੀ ਪਾਰਟੀਆਂ, ਅੱਜ ਮੈਂ ਸਮਝਦਾ ਸਮੁੱਚੇ ਦੇਸ਼ ਅੰਦਰ ਹੀ ਖੇਤਰੀ ਪਾਰਟੀਆਂ ਨੂੰ ਲਾਮਬੰਦ ਹੋਣ ਦੀ ਲੋੜ ਆ, ਖੇਤਰੀ ਪਾਰਟੀਆਂ ਨੂੰ ਆਪਣੇ ਝੰਡੇ ਬੁਲੰਦ ਕਰਨ ਦੀ ਜ਼ਰੂਰਤ ਆ, ਨਹੀਂ ਤਾਂ ਸਾਰਾ ਦੇਸ਼ ਹੀ ਕਾਰਪੋਰੇਟ ਦੇ ਪ੍ਰਭਾਵ ਥੱਲੇ ਆ ਜਾਊਗਾ। ਸੋ ਇਸ ਲਈ ਪੰਜਾਬੀ ਇਸ ਚੀਜ਼ ਨੂੰ ਮਹਿਸੂਸ ਕਰ ਰਹੇ ਹਾਂ, ਤਾਂ ਹੀ ਆ ਜਿਹੜਾ ਆ ਜਾਹੋ ਜਲਾਲ ਤੁਸੀਂ ਦੇਖ ਰਹੇ ਹੋ। ਸਰ ਇੱਕ ਗੱਲ ਜਿਹੜੀ ਹੈਗੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਮੇਸ਼ਾ ਜਿਹੜੀ ਹੈਗੀ ਆ ਪੰਥ ਦੀ ਗੱਲ ਕਰਦੇ ਰਹਿੰਦੇ ਨੇ, ਸੋ ਕਿਤੇ ਨਾ ਕਿਤੇ ਲੱਗਦਾ ਹੈਗਾ ਕਿ ਜਿਹੜੇ ਇੱਥੇ ਤਕਰੀਬਨ ਸਾਰੇ ਜਿਹੜੇ ਹੈਗੇ ਆ ਪੰਥਕ ਵਿਚਾਰਾਂ ਜਿਹੜੀਆਂ ਹੈਗੀਆਂ ਉਹ ਸਾਂਝੀਆਂ ਕਰਨੀਆਂ ਚਾਹੀਦੀਆਂ ਨੇ। ਸੋ ਗੱਲ ਮੁੱਦਾ ਆਉਂਦਾ ਪੰਜਾਬ ਦਾ, ਪਾਣੀ ਦਾ ਮੁੱਦਾ ਹੈਗਾ, ਪਾਣੀ ਦੀ ਮਾਰ ਇਸ ਏਰੀਏ ਦੇ ਵਿੱਚ ਪੈਂਦੀ ਹੈਗੀ ਆ। ਸੋ ਕਿਤੇ ਨਾ ਕਿਤੇ ਲੋਕ ਕਿਹੋ ਜਿਹਾ ਮਹਿਸੂਸ ਕਰ ਰਹੇ ਨੇ ਅੱਜ ਜਿਹੜੇ ਹੈਗਾ, ਕਿਉਂਕਿ ਬਹੁਤ ਨੁਕਸਾਨ ਪਹਿਲਾਂ ਇੱਥੇ ਲੋਕਾਂ ਦਾ ਜਿਹੜਾ ਹੜ੍ਹਾਂ ਦੇ ਵਿੱਚ ਹੋਇਆ, ਗੜੇਮਾਰੀ ਦੌਰਾਨ ਇੱਥੇ ਨੁਕਸਾਨ, ਉਸ ਤੋਂ ਬਾਅਦ ਕੀ ਕਿਹੀ ਰਣਨੀਤੀ ਜਿਹੜੀ ਹੈਗੀ 2 ਸਾਲ ਦੇ ਵਿੱਚ ਕਾਰਗੁਜ਼ਾਰੀ ਰਹੀ ਹੈ ਸਰਕਾਰ? ਭੂਸ਼ਣ ਜੀ, ਸਰਕਾਰ ਤਾਂ ਕਿਤੇ ਦਿਖੀ ਨਹੀਂ ਹੈਗੀ, ਜਿਹੜਾ ਤੁਸੀਂ ਦੱਸਿਆ ਵੀ ਹੜ੍ਹਾਂ ਦੀ ਮਾਰ ਪੈਂਦੀ ਆ, ਇਹ ਲੋਕਾਂ ਨੂੰ ਲੋਕ ਮਹਿਸੂਸ ਕਰ ਰਹੇ ਆ। ਇੱਥੋਂ ਦੇ ਲੋਕ ਬੜੇ ਸਮਝਦਾਰ ਨੇ, ਨਹਿਰੀ ਪਾਣੀ 'ਤੇ ਬਹੁਤ ਵੱਡੀ ਪੱਧਰ 'ਤੇ ਡਿਪੈਂਡੈਂਟ ਨੇ। ਇਹਨਾਂ ਨੂੰ ਸਮਝ ਆ ਗਈ ਇਸ ਗੱਲ ਦੀ ਕਿ ਜਿਹੜਾ BBMB ਦੀ ਸਥਾਈ ਮੈਂਬਰੀ ਜਿੱਥੋਂ ਸਾਨੂੰ ਪਾਣੀ ਨੰਗਲ ਡੈਮ ਤੋਂ ਆਉਂਦਾ ਨਾ ਸਾਡੀਆਂ ਨਹਿਰਾਂ 'ਚ, ਉੱਥੋਂ ਸਾਡੀ ਜਿਹੜਾ ਪਾਣੀ ਛੱਡਦਾ ਸੀ ਉਹ ਬੰਦਾ ਹੀ ਸਾਡਾ ਸੀਗਾ, ਉਹ ਸਾਡੇ ਤੋਂ ਮੈਂਬਰੀ ਉਹ ਖੋਲ੍ਹੀ, ਉੱਥੋਂ ਸਾਡਾ ਅਧਿਕਾਰ ਹੀ ਖਤਮ ਕਰਤੇ ਆ। ਅਤੇ ਹੁਣ ਪਲੈਨਿੰਗ ਹੋ ਰਹੀ ਆ ਵੀ ਹਿਮਾਚਲ ਦੀਆਂ ਪਹਾੜੀਆਂ ਦੇ ਉੱਤੋਂ ਦੀ ਪਾਣੀ ਕੱਢ ਕੇ ਦੂਸਰੇ ਸੂਬਿਆਂ ਨੂੰ ਲੈ ਕੇ ਜਾਣਾ ਚਾਹੀਦਾ। ਇਹ ਫਿਰ ਪੰਜਾਬ ਦੇ ਪੱਲੇ ਕੀ ਰਹਿ ਜਾਣਾ?
ਲੁੱਟੇ ਗਏ ਪੰਜਾਬੀ, ਇਸ ਚੀਜ਼ ਨੂੰ ਮਹਿਸੂਸ ਕਰ ਰਹੇ ਹਾਂ ਵੀ ਸਾਡੀ ਕਿੱਡੀ ਵੱਡੀ ਲੁੱਟ ਹੋਣ ਜਾ ਰਹੀ ਆ। ਸੋ ਜਾਂ ਸੱਤਾ ਦੇ ਵਿੱਚ ਰਹਿ ਕੇ ਮਸਲੇ ਹੱਲ ਕਰਾਏ ਜਾ ਸਕਦੇ ਨੇ ਜਾਂ ਵਿਰੋਧ ਵਿੱਚ ਰਹਿ ਕੇ, ਸੋ ਸੱਤਾ ਦੇ ਵਿੱਚ ਰਹਿ ਕੇ ਜਿਹੜੇ ਮਸਲਿਆਂ ਦੀ ਗੱਲ ਸੀ ਉਹਨਾਂ ਵੱਲੋਂ ਕੋਈ ਹਾਮੀ ਨਹੀਂ ਭਰੀ ਗਈ। ਸੋ ਇਸ ਲਈ ਪੰਜਾਬੀ ਆਪਣੇ ਵਿਰੋਧ ਦਾ ਇਜ਼ਹਾਰ ਕਰਨਗੇ ਤਗੜੇ ਹੋ ਕੇ, ਇਕੱਠੇ ਹੋ ਕੇ, ਇਕਮੁੱਠਤਾ ਦੇ ਨਾਲ ਆਪਣੀ ਖੇਤਰੀ ਪਾਰਟੀ ਦੇ ਝੰਡੇ ਥੱਲੇ ਪੰਜਾਬੀ ਦਾ ਨਾਰਾ ਬੁਲੰਦ ਕਰਨਗੇ ਅਤੇ ਆਪਣੀ ਮੰਗਾਂ ਨੂੰ ਮੰਨਣ ਲਈ ਕੇਂਦਰ ਦੀ ਸਰਕਾਰ ਨੂੰ ਮਜਬੂਰ ਕਰਨਗੇ। ਸੋ ਹੁਣ ਇਹ ਪੰਜਾਬ ਬਚਾਓ ਯਾਤਰਾ ਜਿਹੜੀ ਦੇਵਗੜ੍ਹ ਮੰਡੀ ਤੋਂ ਸ਼ੁਰੂ ਹੋ ਕੇ ਕਿਹੜੀ ਕਿਹੜੇ ਸਾਈਡ ਨੂੰ ਜਾਣੀ ਹੈ ਜੀ? ਕੀ ਹਾਲ ਚਾਲ? ਦੇਖੋ ਇੱਥੋਂ ਦੇਵੀਗੜ੍ਹ ਦਾਣਾ ਮੰਡੀ ਦੇਵੀਗੜ੍ਹ ਦਾ ਬਾਜ਼ਾਰ ਹੁੰਦਿਆਂ ਹੋਇਆਂ ਜਿੱਥੇ ਜਿੱਥੇ ਵੀ ਪਿੰਡ ਆਉਣਗੇ, ਅਸੀਂ ਮੈਂ ਬਹੁਤ ਬੇਨਤੀ ਕੀਤੀ ਸੀ ਵੀ ਆਪਾਂ ਤੁਸੀਂ ਸਾਰੇ ਇੱਥੇ ਆ ਜਾਓ, ਪਰ ਹਰ ਪਿੰਡ ਵਾਲੇ ਨੇ ਮਤਲਬ ਆਪਣੇ ਆਪਣੇ ਪ੍ਰੋਗਰਾਮ ਬਣਾ ਲਏ। ਸੱਚੀ ਗੱਲ ਤਾਂ ਆ ਭੂਸ਼ਣ ਜੀ, ਇਹ ਮੈਨੂੰ ਤਾਂ ਇਹ ਪਤਾ ਵੀ ਇਹ ਰੋਡ ਦੀ ਹੋ ਜਾਣੀ ਆ। ਅੱਗੇ ਅੱਗੇ ਲੋਕਾਂ ਨੇ ਆਪ ਮੁਹਾਰੇ ਕਿੱਥੇ ਕਿੱਥੇ ਖੜੇ ਨੇ, ਮੈਂ ਹੁਣ ਆਉਂਦਾ ਆਉਂਦਾ ਦੇਖਦਾ ਆ ਰਿਹਾ ਸੀਗਾ ਕਿ ਆਪ ਮੁਹਾਰੇ ਆ ਰਾਮਨਗਰ ਚੁਨੀਆਂ ਵਾਲੇ ਵੀ ਖੜੇ ਆ, ਅੱਗੇ ਗੁੱਥਮੜੇ ਵਾਲੇ ਵੀ ਖੜੇ ਆ, ਅੱਗੇ ਭੁੰਦਰੇੜੀ ਵਾਲੇ ਵੀ ਖੜੇ ਆ, ਫਿਰ ਪੰਜੇਟੇ ਵਾਲੇ ਵੀ ਖੜੇ ਆ, ਬਹਿਲ ਵਾਲੇ ਵੀ ਖੜੇ ਆ, ਜੌੜੀਆਂ ਵੀ ਇਕੱਠ ਹੋਇਆ ਵਾ ਬਹੁਤ ਵੱਡਾ, ਮੈਨੂੰ ਪਤਾ ਲੱਗ ਰਿਹਾ ਵੀ ਉਹ ਇੰਤਜ਼ਾਰ ਕਰੇ ਜਾ ਰਹੇ ਘੰਟੇ ਦੇ ਖੜੇ ਉੱਥੇ, ਹਜੇ ਇੱਥੋਂ ਅੱਧੇ ਘੰਟੇ ਤੱਕ ਸ਼ੁਰੂ ਹੋਣੀ ਹੈ ਯਾਤਰਾ, ਅਤੇ ਫਿਰ ਅੱਗੇ ਜਾ ਕੇ ਉੱਥੇ ਸਨੌਰੀ ਮੰਡੀ ਖੜੇ ਨੇ, ਅਤੇ ਉਸ ਤੋਂ ਬਾਅਦ ਅੱਗੇ ਸਨੌਰ ਸ਼ਹਿਰ ਦੀ ਜਿੱਥੇ ਸ਼ੁਰੂਆਤ ਹੋਣੀ ਆ ਉੱਥੇ, ਫਿਰ ਬਾਜੀਗਰ ਭਾਈਚਾਰਾ ਧਰਮਕੋਟ ਖੜਾ, ਅਤੇ ਇਸੇ ਤਰੀਕੇ ਦੇ ਨਾਲ ਫਿਰ ਸਨੌਰ ਬਾਜ਼ਾਰ 'ਚ ਵੀ ਇਹ ਸਨੌਰ ਦਾਣਾ ਮੰਡੀ ਤੱਕ ਜਾਣੀ ਆ। ਸ਼ੁਰੂ ਤਾਂ ਹੋਜੂਗੀ, ਖਤਮ ਨਹੀਂ ਮੈਨੂੰ ਕਹਿ ਸਕਦਾ ਮੈਂ ਕਦੋਂ ਹੋਊਗੀ। ਸਰ ਜਿਹੜਾ ਹੈਗਾ ਲੋਕ ਸਭਾ ਇਲੈਕਸ਼ਨ ਆ ਰਹੀਆਂ ਨੇ, ਸੋ ਕੀ ਤੁਸੀਂ ਲੱਗਦਾ ਹੈਗਾ ਕਿ ਇਹਦੇ ਵਿੱਚ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਹੈਗਾ ਇਸ ਤਰ੍ਹਾਂ ਜਿਹੜੀ ਰੈਲੀ ਕੱਢੀ ਜਾ ਰਹੀ ਹੈਗੀ ਆ ਕਿ ਲੋਕ ਆਪ ਮੁਹਾਰੇ ਤੁਰਨਾ ਸ਼ੁਰੂ ਹੋ ਗਏ ਨੇ, ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈਗਾ ਲੋਕ ਪਹੁੰਚਣਗੇ? ਦੇਖੋ ਕੁਦਰਤੀ ਆ ਜੀ, ਜਿਹੜੇ ਪਾਰਟੀਆਂ ਦਾ ਹੁਲਾਰਾ ਹੁੰਦਾ, ਕਿਹੋ ਜਿਹਾ ਮਾਹੌਲ ਹੁੰਦਾ, ਉਹ ਇੱਦਾਂ ਦੇ ਇਕੱਠ ਉਸ ਚੀਜ਼ ਨੂੰ ਇੱਕ ਤਰ੍ਹਾਂ ਨਾਲ ਦਰਸਾਉਂਦੇ ਹੁੰਦੇ ਨੇ ਵੀ ਕਿਹੜੀ ਪਾਰਟੀ ਦਾ ਕਿਹੋ ਜਿਹਾ ਮਾਹੌਲ ਆ। ਸੋ ਅੱਜ ਦਾ ਇਕੱਠ ਕਿਤੇ ਨਾ ਕਿਤੇ 2 ਸਾਲ ਹੋਏ ਹੋਣ ਜਿਸ ਸਰਕਾਰ ਨੂੰ, ਅਤੇ ਲੋਕ ਐਨ ਬੇਪਰਵਾਹ ਹੋ ਕੇ, ਬੇਖੌਫ ਹੋ ਕੇ, ਬੇਵਾਕੀ ਦੇ ਨਾਲ ਇਸ ਤਰੀਕੇ ਦੇ ਨਾਲ ਆਉਣ, ਤਾਂ ਇਹਦਾ ਮਤਲਬ ਮਾਹੌਲ ਅਤੇ ਫਿਜ਼ਾਵਾਂ ਬਦਲੀਆਂ ਹੋਈਆਂ। ਦੂਜੀ ਗੱਲ ਮੈਂ ਤੁਹਾਨੂੰ ਇਹ ਵੀ ਦੱਸਦਾ ਵੀ ਅੱਜ ਖਾਲਸਾ ਪੰਥ ਦੇ ਜਿਹੜੇ ਮੁੱਦੇ ਨੇ ਨਾ, ਲੋਕਾਂ ਨੂੰ, ਲੋਕ ਇਸ ਚੀਜ਼ ਨੂੰ ਮਹਿਸੂਸ ਕਰਦੇ ਨੇ ਵੀ ਪੰਜਾਬੀਆਂ ਨੂੰ ਜਿਹੜੀ ਫੇਰਬਦਲ ਹੋ ਰਹੀ ਹੈਗੀ ਹੈ, ਕਾਫੀ ਦੇਖ ਰਹੇ ਹੈਗੇ ਕਿਉਂਕਿ ਕੋਈ ਛੱਡ ਕੇ ਕਾਂਗਰਸ ਛੱਡ ਕੇ ਬੀਜੇਪੀ ਜਾ ਰਿਹਾ ਹੈਗਾ, ਇੱਕ ਪਾਸੇ INDA ਦਾ ਗੱਠਜੋੜ ਉੱਥੇ ਚੱਲ ਰਿਹਾ ਹੈਗਾ, ਸੋ ਇਸ 'ਤੇ ਸਟੈਂਡ ਜਿਹੜੇ ਨੇ ਪੋਲੀਟੀਕਲ ਪਾਰਟੀਆਂ ਦੇ ਹੋ ਰਹੇ ਨੇ ਜਿਹੜੇ, ਇਹਦੇ ਨਾਲ ਮਤਲਬ ਕਿ ਲੋਕਾਂ ਦੇ ਵਿੱਚ ਕੀ ਮੈਸੇਜ ਸੁਨੇਹਾ ਜਾਂਦਾ ਹੈਗਾ, ਤੁਸੀਂ ਕੀ ਸਮਝਦੇ ਹੋ ਇਸ? ਜਿਹੜੀ ਦਿਸ਼ਾਹੀਣ ਅਤੇ ਸਿਧਾਂਤਹੀਣ ਰਾਜਨੀਤੀ ਹੈ ਨਾ, ਅੱਜ ਕੱਲ੍ਹ ਰਾਜਨੀਤੀ ਦੇ ਵਿੱਚ ਉਹ ਲੋਕ ਆਉਣ ਲੱਗ ਗਏ ਜਿਹੜੇ ਕੇਵਲ MP ਬਣਨ ਵਾਸਤੇ, MLA ਬਣਨ ਵਾਸਤੇ ਆਉਂਦੇ, ਉਹ ਹਮੇਸ਼ਾ ਤੁਸੀਂ ਦੇਖੋ ਜਿਹਦੀ ਹਵਾ ਹੁੰਦੀ ਆ ਤੁਹਾਨੂੰ ਉਸੇ ਪਾਸੇ ਬਹੁਤ ਸਾਰੇ ਹੁੰਦੇ ਆ, ਪਿੰਡਾਂ ਦੇ ਵਿੱਚ ਵੀ ਹੁੰਦੇ ਆ ਅਤੇ ਪਾਰਟੀਆਂ ਵਿੱਚ ਵੀ ਹੁੰਦੇ ਆ, ਵੀ ਜਿਹਦੀ ਸਰਕਾਰ ਉਹਦਾ ਕਰਤਾਰ ਉੱਧਰ ਨੂੰ ਹੋ ਤੁਰਦੇ ਆ। ਇਹ ਹਰ ਪਿੰਡ 'ਚ, ਹਰ ਹਲਕੇ 'ਚ, ਮੈਂ ਸਮਝਦਾ ਹਰ ਪੋਲੀਟੀਕਲ ਪਾਰਟੀ 'ਚ ਨੇ ਇਹੋ ਜਿਹੇ ਬੰਦੇ, ਪਰ ਉਹ ਵਿਅਕਤੀ ਨਾ ਸਮਾਜ ਨੂੰ ਸੇਧ ਦੇ ਸਕਦੇ ਆ ਜਿਨ੍ਹਾਂ ਦਾ ਟੀਚਾ ਹੀ ਸਿਰਫ MLA MP ਬਣਨਾ ਹੋਵੇ, ਜਿਨ੍ਹਾਂ ਦਾ ਟੀਚਾ ਲੋਕਾਂ ਲਈ ਕੁਛ ਕਰਨਾ ਹੋਵੇ ਨਾ, ਉਹ ਪਾਰਟੀਆਂ ਚਾਹੇ ਚੰਗੇ ਸਮੇਂ 'ਚ ਹੋਣ ਚਾਹੇ ਮਾੜੇ ਸਮੇਂ 'ਚ ਹੋਣ, ਆਪਣੀਆਂ ਆਪਣੀਆਂ ਪਾਰਟੀਆਂ ਦੀਆਂ ਜੇ ਕੋਈ ਕਮੀਆਂ ਵੀ ਹੁੰਦੀਆਂ ਨਾ, ਤਾਂ ਪਾਰਟੀ ਦੇ ਵਿੱਚ ਰਹਿ ਕੇ ਉਹਨਾਂ ਨੂੰ ਸੁਧਾਰਨ ਲਈ ਕੋਸ਼ਿਸ਼ ਕਰਦੀਆਂ। ਅਤੇ ਪਰ ਆਪਣੇ ਕੇਵਲ ਅਹੁਦੇਦਾਰੀਆਂ ਲਈ, ਟਿਕਟਾਂ ਲਈ ਕਦੇ ਲੋਕ ਪਾਰਟੀਆਂ ਨਹੀਂ ਛੱਡਦੇ ਹੁੰਦੇ। ਸੋ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਨੂੰ, ਕਾਂਗਰਸ ਤੋਂ ਡਾਕਟਰ ਬਲਬੀਰ, ਆਮ ਆਦਮੀ ਪਾਰਟੀ ਤੋਂ ਨੇ, ਸੋ BJP ਤੋਂ ਪ੍ਰਨੀਤ ਕੌਰ, ਸੋ ਅਕਾਲੀ ਦਲ ਦੀ ਹਾਲੇ ਟਿਕਟ ਅਨਾਊਂਸ ਨਹੀਂ ਹੋਈ ਹੈਗੀ ਹੈ, ਹੋ ਸਕਦਾ ਹੈ ਕਿ ਜਲਦੀ ਉਹਦਾ ਕੋਈ ਸੇ ਨਾਮ ਪ੍ਰਪੋਜ਼ ਕਰ ਸਕਦੇ? ਕੁਦਰਤੀ ਸੁਭਾਵਿਕ ਆ ਜੀ, ਜਲਦੀ ਅਕਾਲੀ ਦਲ ਨੇ ਵੀ ਅਨਾਊਂਸ ਕਰੂਗਾ। ਅਕਾਲੀ ਦਲ ਸਲਾਹ ਕਰ ਰਿਹਾ ਆਪਣੇ ਵਰਕਰਾਂ ਦੇ ਨਾਲ, ਕਿਉਂਕਿ ਪਟਿਆਲਾ ਅਹਿਮ ਜ਼ਿਲ੍ਹਾ ਹੈ, ਅਤੇ ਤਕੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਪਟਿਆਲੇ ਤੋਂ ਆਪਣਾ ਉਮੀਦਵਾਰ ਇੱਥੇ ਉਤਾਰੂਗਾ, ਅਤੇ ਪਰਮਾਤਮਾ ਮਿਹਰ ਕਰੇ, ਇਕੱਲਾ ਪਟਿਆਲਾ ਨਹੀਂ, ਜ਼ਰੂਰਤ ਆ ਪੰਜਾਬੀਆਂ ਨੂੰ। ਮੈਂ ਬੇਨਤੀ ਕਰਦਾ ਪੰਜਾਬੀਆਂ ਨੂੰ ਕਿ ਅੱਜ ਆਪਾਂ ਖਿੰਡੇ ਹੋਏ ਹਾਂ, ਅੱਜ ਆਪਾਂ ਖਿੰਡੇ ਹੋਏ ਹਾਂ, ਮੁੱਦੇ ਸ਼੍ਰੋਮਣੀ ਅਕਾਲੀ ਦਲ ਨੇ ਲਲਕਾਰ ਮਾਰੀ ਕੇਂਦਰ ਦੀ ਸਰਕਾਰ ਦੇ ਅੱਗੇ, ਆਪਾਂ ਨੂੰ ਇੱਕ ਮੁੱਠਤਾ ਦੀ ਜ਼ੋਰ ਆ, ਆਪਣੀ ਗਿਣਤੀ ਦਿਖਾਈਏ, ਆਪਣੀ ਹੋਣ ਦਾ ਅਹਿਸਾਸ ਕਰਾਈਏ, ਅਤੇ ਮੈਂ ਸਮਝਦਾ ਵੀ ਰਾਜਨੀਤਿਕ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਦੇ ਥੱਲੇ ਤੁਸੀਂ ਆਪਣੀ ਹੋਣ ਦਾ ਅਹਿਸਾਸ ਕਰਾ ਸਕਦੇ ਨੇ। ਪੰਜਾਬੀ ਉਹ ਪੰਜਾਬੀ ਸਮਝ ਚੁੱਕੇ ਨੇ ਅਤੇ ਆਪਣੀ ਹੋਣ ਦਾ, ਆਪਣੀ ਸ਼ਕਤੀ ਦਾ ਇਜ਼ਹਾਰ ਹੀ ਕਰਾ ਰਹੇ ਨੇ।
ਸੋ ਬਿਲਕੁਲ ਆਪਣੀ ਹੋਂਦ ਆਪਣੀ ਸ਼ਕਤੀ ਦਾ ਇਜ਼ਹਾਰ ਕਰਾ ਰਹੇ ਨੇ। ਸੋ ਇਕੱਠ ਦੇਖ ਸਕਦੇ ਹੋ ਕਿਉਂਕਿ ਕਾਫੀ ਵੱਡਾ ਇਕੱਠ ਜਿਹੜਾ ਹੈਗਾ ਇੱਥੇ ਪਹੁੰਚਿਆ ਹੋਇਆ ਹੈਗਾ। ਸੋ ਕੁਛ ਹੀ ਦੇਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਇੱਥੇ ਕੁਛ ਹੀ ਦੇਰ 'ਚ ਪਹੁੰਚ ਰਹੇ ਨੇ, ਪਰ ਕਿਤੇ ਨਾ ਕਿਤੇ ਜਿਹੜੇ ਨੌਜਵਾਨਾਂ ਦੇ ਵਿੱਚ ਵੀ ਜਿਹੜਾ ਜੋਸ਼ ਦੇਖਣ ਨੂੰ ਮਿਲ ਰਿਹਾ ਹੈਗਾ ਸ਼੍ਰੋਮਣੀ ਅਕਾਲੀ ਦਲ ਦੇ ਬੈਨਰ ਹੇਠ ਜਿਹੜਾ ਹੈਗਾ ਸਾਰੇ ਜਿਹੜੇ ਹੈਗੇ ਨੇ ਨੌਜਵਾਨ ਇਕੱਠੇ ਹੋਏ ਨੇ। ਸੋ ਟਰੈਕਟਰਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਵੱਡੇ ਵੱਡੇ ਜਿਹੜੀਆਂ ਕਤਾਰਾਂ ਦੇ ਵਿੱਚ ਟਰੈਕਟਰ ਖੜ੍ਹੇ ਨੇ। ਸੋ ਇਹ ਜਿਹੜੇ ਨੇ ਟਰੈਕਟਰ ਇੱਥੋਂ ਹੁੰਦੇ ਹੋਏ ਦੇਵੀਗੜ੍ਹ ਤੋਂ ਹੁੰਦੇ ਹੋਏ ਜਿਹੜਾ ਹੈਗਾ ਸਨੌਰ ਵੱਲ ਨੂੰ ਜਿਹੜਾ ਹੈਗਾ ਕੂਚ ਕਰਨਗੇ। ਸੋ ਇਹ ਤਸਵੀਰਾਂ ਨੇ ਪਟਿਆਲੇ ਦੇ ਹਲਕਾ ਜਿਹੜਾ ਹੈਗਾ ਸਨੌਰ ਔਰ ਘਨੌਰ ਕਸਬੇ ਦੀਆਂ ਇਹ ਤਸਵੀਰਾਂ ਨੇ। ਸੋ ਦੇਖ ਸਕਦੇ ਹੋ ਕਿ ਕਿਸ ਲੈਵਲ 'ਤੇ ਜਿਹੜੇ ਹੈਗੇ ਵੱਡੇ ਲੈਵਲ 'ਤੇ ਜਿਹੜੇ ਲੋਕ ਇੱਥੇ ਜੁੜਨੇ ਸ਼ੁਰੂ ਹੋ ਚੁੱਕੇ ਨੇ।